ਹਾਂ ਮੈਂ ਰਾਤ ਦੀ ਗੱਲ ਹੀ ਕਰੀ ਜਾਂਦਾ। ਆ ਤੇ ਦਰਦ ਨਾ ਬੜਿਆ ਕਰ ਬੋਲਾ। ਮੈਂ ਕੀ ਕਹਦਾ? ਤੂੰ ਗੱਲ ਗਾਹ ਦੀ ਗਾਹ, ਗਾਹ ਦੀ ਗਾਹ ਤੋੜ ਦਿੰਦਾ, ਪਹਿਲਾਂ ਗੱਲ ਦੀ ਤਹਿ ਤੱਕ ਜਾਇਆ ਕਰ ਵੀ ਗੱਲ ਹੋਈ ਕੀ ਆ। ਤੇ ਮੈਨੂੰ ਤਾਂ ਸਹੀ ਲੱਗੀ, ਮੈਂ ਕਰਤੀ। ਓ ਯਾਰ ਆ ਮੈਂ ਘਰੇ ਛੱਡਣ ਗਿਆ ਸੀ ਮੈਂ। ਹਾਂ ਉਹ ਸ਼ਰਾਬੀ ਹੋਇਆ ਫਿਰਦਾ ਸੀਗਾ। ਹਾਂ ਉਹ ਕਹਿੰਦਾ ਯਾਰ ਮੇਰੇ ਪੈਰ ਜੇ ਨਹੀਂ ਲੱਗਦੇ, ਕਹਿੰਦਾ ਘਰੇ ਛੱਡਿਆ ਬੱਚਾ ਛੱਡਿਆ ਉਹਨੇ ਯਾਰ। ਹਾਂ ਆਪਾਂ ਕੀ ਕਾਜੂ ਯਾਰ ਆਪਣਾ ਕੁਝ ਕਰੀ। ਅੱਛਾ ਬਸ ਸਾਈਕਲ ਤੇ ਪਾਇਆ ਸਾਲੇ ਨੂੰ ਮੈਂ ਘਰੇ ਚ ਲੈ ਕੇ ਆਉਂਦਾ ਤੇ। ਹਾਂ ਉਹਨੇ ਬੇਗੇਟ ਗੋੜੀ ਜਿਹਾ ਕਰਕਾਇਆ ਭਰਾਵਾ, ਗੇਟ ਖੁੱਲੇ ਲਿਆ ਉਹਦੇ ਘਰ ਦੇ ਸੁੱਤੇ ਪਏ ਹੋਣੇ, ਠੰਡ ਸੀ। ਹਾਂ ਉਹ ਨਹੀਂ ਨਿਕਲੇ ਅੰਦਰ ਜਾਈ ਚ, ਕਹਿੰਦਾ ਬੁੱਕੜਾ ਯਾਰ ਮੇਰੇ ਤਾੜੀ ਪੈਰ ਲੱਗਦੇ ਤੇਰੇ ਲੱਗਦੇ ਆ। ਅੱਛਾ ਉੱਤੋਂ ਦੀ ਟਾਪਿਆ ਤੇ ਅੰਦਰ ਦੀ ਜਾ ਕੇ ਤੂੰ ਕੁੰਡਾ ਖੋਲ ਦੇ। ਅੱਛਾ ਮੈਂ ਕਿਹਾ ਚੱਲ ਯਾਰ ਕੋਈ ਨੀ ਖੋਲ ਦਿੰਦੇ ਯਾਰ, ਮੈਂ ਕਿਹਾ ਯਾਰ ਤੈਨੂੰ ਚੱਕ ਮੈਂ ਵਿੱਚ ਹੀ ਸੁੱਟ ਦਿੰਦਾ। ਹਾਂ ਟਾਂਟਾ ਜਿਹਾ ਬੜੀ ਕੁੰਡਾ ਖੋਲਣ ਵਾਲਾ ਸਹੀ ਆ, ਤੂੰ ਘਰ ਹੀ ਆ, ਕੁੰਡਾ ਖੋਲਣ ਦੀ ਵੀ ਲੋੜ ਨਹੀਂ ਅੰਦਰ ਜਾਵੜੀ। ਹਾਂ ਅੰਦਰ ਜਾਵੜੀ, ਕਹਿੰਦਾ ਨਹੀਂ ਯਾਰ ਮੈਂ ਭਾਰਾ ਯਾਰ ਐ ਜੋ ਫਲਾਣਾ ਠੀਕ ਨਾ ਬੱਚ ਚੰਗਾ ਭਰਾਵਾ, ਠੰਡ ਵੀ ਲੱਗੀ ਜਾਂਦੀ ਸੀ, ਮੈਂ ਚੜਿਆ ਗੇਟ ਉੱਤੋਂ ਦੀ ਟੱਪ ਕੇ ਜਦ ਅੰਦਰ ਛਾਲ ਮਾਰੀ ਬੈ ਉਹ ਭੈਣਦਾ ਯਾਰ ਬੁੜਾ ਆ ਗਿਆ ਉਹਨਾਂ ਦਾ ਚੋਰ 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 ਭੈਣਾ ਬਾਪੂ ਚੋਰ ਨਹੀਂ ਮੈਂ ਬੱਕੜਾ। ਕਹਿੰਦਾ ਕੀ? ਮੈਂ ਕਿਹਾ ਬੱਕੜਾ। ਉਹ ਕਹਿੰਦਾ ਖੜ ਜਾ ਬੜਾਉਣਾ ਤੇਰਾ ਬੱਕੜ, ਕਹਿੰਦਾ ਉਹਨੇ ਭੈਣ ਦੇ ਚਾਰ ਪੰਜ ਜਿਹੜੇ ਨੂੰ ਹੋਰ ਥੱਦ ਲੈ ਦਰੋ। ਹਾਂ ਫੱਲੇ ਮੈਨੂੰ, ਮੇਰਾ ਲੋਈ ਲਈ ਸੀ ਭੈਣ ਜੀ ਉਹਦਾ ਮੂੰਹ ਤੇ ਮੇਰੇ ਨੂੰ ਵਾਲ ਬੰਨਿਆ ਸੀਗਾ, ਉਹ ਤਾਂ ਮੈਨੂੰ ਖੋਲਣ ਨਹੀਂ ਦਿੱਤਾ। ਅੱਛਾ ਖੜ ਜਾ ਖੜ ਜਾ ਬੋਰੂ ਲੈ ਫੜ ਤੇਰੇ ਵਾ ਬੋਰੂ ਲੈ ਫੜ ਤੇਰੇ। ਅੱਛਾ ਇੱਕ ਬੁੜੀ ਆਈ ਉਧਰੋਂ ਕਹਿੰਦੀ ਮੂੰਹ ਤਾਂ ਵੇਖੋ ਇਹਦਾ। ਉਹ ਮੈਂ ਕਿਹਾ ਹਾਂ ਮੂੰਹ ਵੇਖੋ ਮੇਰਾ, ਸਾਲਾ ਮੂੰਹ ਵੇਖੋ ਨੂੰ ਕੀ ਹੈ ਤੇਰੀ ਪੁਲਸ ਨੂੰ ਖਾਵਾਂਗੇ ਮੂੰਹ। ਅੱਛਾ ਇਧਰ ਨੂੰ ਭਰਾਵਾ ਮੈਂ ਕਿਵੇਂ ਨਾ ਕਿਵੇਂ ਭਰਾਵਾ ਜਾ ਛੜਾ ਕੇ ਨਾ ਭੱਜ ਕੇ ਕਰੀ ਕੁੱਡਾ ਖੋਲਦਾ। ਹਾਂ ਉਹ ਜਦੋਂ ਆਇਆ ਅੰਦਰ ਆਇਆ ਕਰਦਾ। ਹਾਂ ਆ ਬਾਪੂ ਕੀ ਗੱਲ ਹੋ ਗਈ। ਹਾਂ ਉਹ ਕਹਿੰਦਾ ਭੈਣੇ ਯਾਰ ਕਿੱਥੇ ਬਰਾ ਹੀ ਲਾਦਾ ਤੂੰ, ਆ ਚੋਰ ਬੜਿਆ ਕਰੇ। ਉਹਨੂੰ ਦਾਰੂ ਪੀਤੀ ਸੀ ਯਾਰ, ਦਾਰੂ ਵਾਲੇ ਨੇ ਨਹੀਂ ਯਾਦ ਰਹਿੰਦਾ। ਕਹਿੰਦਾ ਬਾਪੂ ਇਹਨਾਂ ਡਾਓ ਇਹਨੂੰ ਫੜ ਕੇ ਉਹ ਬੰਦਾ ਤੇਰੇ ਸਾਲਿਆ ਤੈਨੂੰ ਲੈ ਕੇ ਆਇਆ ਮੈਂ ਠੇਕੇ ਤੋਂ ਚੱਕ ਕੇ ਡਾਓ। ਇੱਕ ਮਿੰਟ ਤੂੰ ਠੇਕੇ ਤੇ ਕੀ ਕਰਦਾ ਸੀ? ਉਹ ਠੇਕੇ ਤੇੜੀ ਆਪਾਂ ਵੀਡੀਓ ਬਣਾ ਕੇ ਨਹੀਂ ਜਾਂਦੇ ਹੁੰਦੇ, ਰਾਜ ਠੇਕਾ ਨਹੀਂ ਆਉਂਦਾ। ਚਾਹ ਉੱਤੇ ਇੱਕ ਕੱਪ ਚਾਹ ਲਿਆ ਤੇ ਦੋ ਬੱਠੀਆਂ ਲਈ ਜਾ ਕੇ ਤਿੰਨ ਕੱਪ ਇੰਨਾ ਨਾ ਬੰਦਾ ਬਸ਼ਰਮ ਨਾ ਵਿਆ, ਤਿੰਨ ਕੱਪ ਤੂੰ ਪੀਤੇ ਆ ਤੇ ਫੇਰ ਇਹਨੂੰ ਮੈਨੂੰ ਫਾਹ ਲਾ ਦੋ, ਚਾਹ ਨਹੀਂ ਪੀਣੀ ਆ ਠੰਡ ਹੈਗੀ ਆ। ਮੱਠੀਆਂ ਤੇ ਮੱਠੀਆਂ ਤੁੰਨੀਆਂ ਉਹਨਾਂ ਰੱਖੀਆਂ ਤਾਂ ਕੋਈ ਮੱਠੀ ਨਹੀਂ ਤੁੰਨੀ ਆ ਭਰਾਵਾ, ਕੋਈ ਮੱਠੀ ਨਹੀਂ ਤੁੰਨੀ ਮੈਂ ਤੈਨੂੰ ਵੇਖਿਆ ਦੋ ਮੱਠੀਆਂ ਚੱਕ ਕੇ ਲੈ ਆ ਜਦੋਂ ਮੈਂ ਚਾਹ ਲੈ ਕੇ ਆਣਾ ਉੱਤੇ ਉਹ ਤੋਂ ਬਾਅਦ ਮੱਠੀਆਂ ਲਈ ਆਉਂਦਾ ਨੇ, ਤੂੰ ਜਾ ਜਾਂ ਦੋ ਚਾਰ ਮੱਠੀਆਂ ਲਿਆ ਦੇ ਮੈਨੂੰ। ਤੂੰ ਨਾਲ ਚੱਲ ਫਿਰ ਆਪ ਹੀ ਉਹ ਯਾਰ ਉੱਥੇ ਰਾਖੀ ਵੀ ਰੱਖਣੀ ਆ, ਬਾਈ ਕਹਿੰਦਾ ਐਵੇਂ ਉਹ ਪੰਛੀ ਪੰਛੀ ਜਿਹਾ ਰਾਖੀ ਨੂੰ ਤਾਂ ਡਾਕੂ ਪੈਂਦੇ ਆ ਯਾਰ, ਕਮਾਲ ਦੇ ਬੰਦੇ ਆ ਤੁਸੀਂ, ਤੇਰੇ ਵਰਗਾ ਵੀ ਪੈਂਦਾ ਹੀ ਉੱਥੇ ਤੇ ਤੂੰ ਡਾਕੂ ਨਾਲ ਘੱਟ। ਆਹੋ ਉਹ ਗੱਲ ਸੁਣਨਾ ਤੇਰੀ ਕਿ ਵਿਦਿਆ। ਬਰਫੀ ਵੀ ਧਰਤੀ ਦੇਖੀ ਤੁਰਪਿਆ ਨਾਲ, ਐਡਾ ਬੰਦਾ ਤਾਂ ਚਗਲ ਨੀ ਹੋਣਾ ਚਾਹੀਦਾ ਯਾਰ। ਹੁਣੇ ਤਾਂ ਨਾ ਕਰੀ ਜਾਂਦਾ ਸੀ, ਬਰਫੀ ਬਣ ਗਈ ਆ। ਹਾਂ ਤੈਨੂੰ ਮੱਠੀਆਂ ਲਿਆ ਦਾਂਗੇ, ਆਪਾਂ ਖੋਏ ਵਾਲੀ ਬਰਫੀ ਮੱਕੜਾ। ਤੈਨੂੰ ਮਹੀਨਿਆਂ ਦੇ ਨਾਮ ਆਉਂਦੇ ਆ? ਆਉਂਦੇ ਆ ਅੰਗਰੇਜ਼ੀ ਚ। ਓਏ ਆਉਂਦੇ ਆ ਭਰਾਵਾ, ਪੜਿਆ ਮੈਂ ਦੁਪਹਿਰ ਤੱਕ। ਹਾਂ ਜਨਵਰੀ, ਹਾਂ ਫਰਵਰੀ, ਹਾਂ ਮਾਰਚ, ਅਪ੍ਰੈਲ, ਮਈ। ਉਹ ਕੱਜੇ ਤੋਂ ਕਰਾ ਦੋ ਰਿਸ਼ਤਾ, ਮੇਰੀ ਉਮਰ ਗਈ। ਆਇਓ ਜਮਾ ਮੱਕੜਾ।
ਜਿੱਧਰ ਜਵਾਕ ਜਲੇ ਹੋ ਗਏ ਫਿਰ ਕੀ ਨਾਂ ਰੱਖੇਗਾ ਉਹਨਾਂ ਦੇ? ਯਾਰ ਤੂੰ ਰੂਹ ਖੁਸ਼ ਕਰਨ ਵਾਲੀ ਗੱਲ ਕਰਦਾ ਨਾ, ਜਦੋਂ ਮੇਰਾ ਬੜਾ ਮਨ ਖੁਸ਼ ਹੁੰਦਾ ਤੇਰੇ ਤੋਂ, ਮੈਂ ਉਹਦਾ ਨਾਂ ਰੱਖੂਗਾ ਲਵ ਯੂ ਹੈ ਮੁੰਡੇ ਦਾ। ਕੁੜੀ ਦਾ ਜਦੋਂ ਸਕੂਲ ਜਾ ਕੇ ਚੋਰ ਚੂੜ ਕਰਿਆ ਕਰੂਗਾ, ਮੈਡਮ ਮੈਨੂੰ ਫੂਡ ਕਰਿਆ ਕਰੂਗੀ, ਅਪ ਬੱਕੜ ਸਾਹਿਬ ਮੈਂ ਹਾਂਜੀ ਲਵ ਯੂ ਹੈ, ਤੁਹਾਡਾ ਸ਼ਰਾਰਤਾ ਬਹੁਤ ਕਰਦਾ। ਮੈਂ ਕਿਹਾ ਕੋਈ ਗੱਲ ਨਹੀਂ ਜੀ, ਇਹਨੂੰ ਸਮਝਾਵਾਂਗੇ ਅਸੀਂ, ਤੁਸੀਂ ਬੜਾ ਆ ਵਾਇਆ ਕਰੋ, ਉਹਨੇ ਅਕੜਾ ਹੀ ਉਹ ਤਾਂ ਗੱਲ ਸਹੀ ਆ, ਪਰ ਬੱਕੜ ਸਾਹਿਬ ਲਵ ਯੂ ਤੁਹਾਡਾ ਕੰਮ ਹੀ ਨੀ ਕਰਕੇ ਉਹਦਾ ਸਕੂਲ ਦਾ, ਉਹ ਮੈਂ ਕਹਿ ਰਿਹਾ ਖਿੱਚ ਖੁੱਚ ਕੇ ਪੜਾਇਆ ਕਰੋ ਬੜਾ ਜਾ, ਉਹਨੇ ਫਿਰ ਫੂਡ ਕਰਿਆ ਕਰਦਾ ਬੱਕੜ ਸਾਹਿਬ ਹਾਂਜੀ ਲਵ ਯੂ ਕੰਮ ਨੀ ਕਰਕੇ ਆ ਸਕੂਲ ਦਾ ਅੱਜ, ਫਿਰ ਸਵਾਦ ਹੀ ਬੜਾਇਆ ਕਰੂ ਯਾਰ, ਤੂੰ ਤਾਂ ਕੋਈ ਕਹਿੰਦਾ ਨੀ ਜਵਾਕ ਦੇ ਪਿੱਛੇ ਮੈਨੂੰ ਕਿਹਾ ਤਾਂ ਕਰਨਗੇ ਮੱਕੜਾ। ਉਹ ਭਰਾਵਾ ਰੈਸਟ ਤਾਂ ਕਰ ਲੈ ਦੇ, ਕਰ ਲਾ ਮੈਂ ਤਾਂ ਰੈਸਟ ਕਰੀ ਜਾਂਦਾ। ਉਹ ਮੈਂ ਕੁਝ ਪੁੱਛਣ ਆਇਆ ਸੀ, ਕਿੰਨੀਆਂ ਪੜਿਆ ਤੂੰ? ਉਹ ਮੈਂ ਤਾਂ ਯਾਰ ਅਨਪੜਾ। ਕੀ ਆ? ਅਨਪੜ ਅਨਪੜ ਸਕੂਲ ਜਾਂਦੇ ਸੀ ਨਾ ਰੋਟੀਆਂ ਲੈ ਕੇ ਨਾਲ, ਪੜ੍ਹਦੇ ਤਾਂ ਹੈੜੀ ਸੀ ਯਾਰ, ਅਨਪੜ ਕੇ ਮੈਂ ਘਰੇ ਮੁੜਿਆ ਆਉਂਦਾ ਸੀ। ਨਾ ਤੇ ਤੂੰ ਲੋਕਾਂ ਨੂੰ ਕਹਿੰਦਾ ਫਿਰਦਾ ਮੈਂ ਤਾਂ ਬੀਏ ਪਾਸ ਆ। ਉਹ ਬੀਏ ਪਾਸ ਨਹੀਂ ਭਰਾਵਾ, ਹੋਰ ਬਾਈਪਾਸ ਸਕੂਲ ਮੇਰਾ ਗਾਂ ਰਹਿੰਦੇ ਸੀ, ਮੈਂ ਬਾਈਪਾਸ ਤੋਂ ਘਰੇ ਮੁੜਿਆ ਆਉਂਦਾ ਸੀ। ਡਾਈਪਰ ਕਿਸਕੇ ਹੈ ਜੀ, ਇਹ ਮੇਰਾ ਡਾੜਾ ਲੱਗ ਜਾਏ। ਉਹ ਨਹੀਂ ਨਹੀਂ ਡਾਈਪਰ ਵਗੈਰਾ ਤਾਂ ਹਮ ਯਹਾਂ ਪੇ ਫੇਕਤੇ ਹੈ ਨਾ, ਰੂੜੀ ਹੈ ਇਹ ਹਮਾਰੀ। ਅੱਛਾ ਰੂੜੀ ਤੇ ਤਾਜ ਰਹੇਗਾ ਜੀ, ਕੀ ਬਾਤ ਹੈ ਜੀ, ਪਹਾੜੀ ਤਾਜ ਕਿੱਡਾ ਡਾੜਾ। ਅਰੇ ਆਪਕੋ ਤੋ ਤੂੜੀ ਪੇ ਰਹਿਣਾ ਹੈ, ਰੂੜੀ ਤੋ ਯਹਾਂ ਪੇ ਹੈ। ਰੂੜੀ ਤੋ ਯਹਾਂ ਪੇ ਹੈ, ਮੈਕੇ ਤੋ ਆਤੀ ਹੈ ਨਾ ਇਸਕੀ। ਅਰੇ ਆਪਕੋ ਤੋ ਆਤਾ ਹੈ ਨਾ, ਯਹੀ ਪੇ ਹਗ ਲੈਣਾ। ਪਰ ਉੱਥੇ ਤਾਂ ਆਉਂਦਾ ਹੀ ਹੁੰਦਾ ਸੀ ਨਾ। ਤੇ ਯਹਾਂ ਪੇ ਵੀ ਤੁਹਾਰੇ ਹੋ ਗਏ ਯਾਰ, ਇਹ ਬੱਚੇ ਕਈ ਹੈ। ਆਉਂਦਾ ਚੱਲੇ ਜਾਂਦੇ ਜੀ, ਬਗਾਨਾ ਨਹੀਂ ਚੱਲੇ ਜਾਂਦਾ ਕਰ। ਨਹੀਂ ਨਹੀਂ ਆਉਂਦਾ ਡੈਪਰ ਭਰ ਕੇ ਛੱਡਤਾ ਜੀ, ਫਿਰ ਕਿੱਧਰ ਜਾਊਗਾ? ਨਹੀਂ ਨਹੀਂ ਆਪ ਨਾ ਯਹੀ ਪੇ ਤੂੜੀ ਪੇ ਰਹਿ ਲੈਣਾ, ਕੱਲ ਆਪਕੋ ਇੰਤਜ਼ਾਮ ਕਰਕੇ ਦੇਂਗੇ। ਠੀਕ ਹੈ, ਚਲੋ ਠੀਕ ਹੈ, ਹਮ ਚਲਤੇ ਹੈਂ। ਉਹ ਚਲਤੇ ਤੋਂ ਹੈ, ਆਪ ਸੋ ਜਾਣਾ, ਚਲੋ ਠੀਕ ਹੈ। ਔਰੇ ਕੋਈ ਸਾਫ ਸੁਪ ਨਹੀਂ, ਅਭੀ ਆਪ ਯਹਾਂ ਪੇ ਰਹੋਗੇ ਨਾ? ਐਡੀ ਵਧੀਆ ਬਣਾਵਟ ਹੈ ਜੀ, ਇੱਥੇ ਰਹੂਗਾ ਜੀ। ਨਹੀਂ ਕੋਈ ਬਾਤ ਨਹੀਂ, ਇੱਕ ਵਾਰ ਰਹਿ ਕੇ ਤੋ ਦੇਖੋ, ਆਜ ਕਾ ਦਿਨ ਰਹੋ, ਕੱਲ ਹਮ ਆਪਕਾ ਔਰ ਇੰਤਜ਼ਾਮ। ਕਿਸ ਚੀਜ਼ ਕੀ ਹੈ ਜੀ? ਯੇ ਬੇਰੀ ਕਿਹਾ ਹੈ? ਉਹ ਬੇਰੀ ਮੇ ਤੋ ਕਾਂਟਾ ਹੁੰਦਾ ਹੈ ਜੀ। ਆ ਆ ਬੋਂ ਆ, ਤੈਨੂੰ ਹਿੰਦੀ ਜੇ ਗਾਣਾ ਸੁਣਾਵਾ ਇੱਕ, ਤਿਆਰ ਕੀਤਾ ਮੈਂ, ਸੁਣਾ ਦੇ। ਹੁਣੇ ਤਿਆਰ ਕਰਕੇ ਹਟਿਆ, ਸੁਣਾ ਸੁਣਾ। ਜਦੋਂ ਮੈਂ ਪਾਣੀ ਚੁੰਗਣ ਲਈ, ਹਾਂ ਠੰਡਾ ਪਾਣੀ ਸੀ, ਗਾਣਾ ਬਾਹਰ ਆਇਆ। ਕੀ? ਉਹ ਪਾਣੀ ਕੀ ਛਲ ਹੋਤੀ, ਤੂੰ ਹੋਤਾ ਮੈਂ ਹੋਤੀ, ਐ ਪਿਆਰ ਕੀ ਬਾਤ ਹੋਤੀ, ਤੂੰ ਹੋਤਾ ਮੈਂ ਹੋਤੀ, ਕੁਝ ਬਾਤੇ ਤੂੰ ਕਰ ਮੇਰੇ ਸਾਥ, ਕੁਝ ਬਾਤੇ ਮੈਂ ਕਰੂੰ ਤੇਰੇ ਸਾਥ, ਕਭੀ ਵੀ ਮੁਕਤੀ ਨਹੀਂ ਹਮਾਰੀ ਗੱਲ ਪਾਣੀ ਕੀ ਛਲ ਹੋਤੀ, ਤੂੰ ਹੋਤੀ ਮੈਂ ਹੋਤੀ। ਯਾਰ ਇਹ ਗਾਣਾ ਸੁਣਿਆ ਲੱਗਦਾ ਕਿਤੇ, ਉਹਨੇ ਤਾਂ ਸੁਣਿਆ ਤੂੰ ਟੇਡਾ ਨਹੀਂ, ਇਹ ਪੰਜਾਬੀ ਗਾਣਾ ਹੋਵੇ। ਓ ਭਰਾਵਾ ਹਿੰਦੀ ਗਾਣਾ ਹੁਣੇ ਦਿਮਾਗ 'ਚ ਆਇਆ ਤੇਰੇ? ਹੁਣੇ ਨਾ ਆਇਆ ਦਿਮਾਗ 'ਚ? ਇਹ ਮੈਂ ਤੈਨੂੰ ਕੱਢ ਕੇ ਦਿਖਾਊਂਗਾ ਨੈੱਟ ਤੇ। ਤੂੰ ਨੈੱਟ ਤੇ ਕੱਢੇਗਾ, ਮੈਂ ਤੇਰੇ ਥੰਮਲੇ ਕੱਢਦਾ। ਓ ਪਾਣੀ ਦਾ ਛਟਾੜਾ ਬਾਹਰ ਭਰਾਵਾ, ਡਾਂਗ ਮਾਰ ਦੇ ਤੂੰ ਜੱਗਾ, ਕੁਕੜਾ ਢੋ ਯਾਰਾ ਠੱਡ ਲਾ ਦੇ। ਓ ਤੇਰੀ ਕਹਿ ਦੇ ਪੰਜਾਬੀ ਗਾਣਾ ਹੈਗਾ ਇਹ? ਤੂੰ ਬੁੱਕ ਪਾ ਕੇ ਤੇਰਾ ਬੂਹ ਦੇ ਬਾਹਰ ਦਾ ਵੇਖ ਲਾ ਬਰਾ। ਚੱਗਾ ਨਹੀਂ 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 ਗੱਲ ਸੁਣ, ਕੀ ਕਹਿੰਦੇ ਆ, ਮੰਨ ਜਾ ਮੰਨ ਜਾ ਪੰਜਾਬੀ ਗਾਣਾ ਹੈਗਾ? ਪੁਸ਼ਪਾ ਕਾ ਬਟ ਕਿਆ, ਇਸੀ ਲਈ ਮੈਂ ਗਿਆ ਬਾਏ।
ਹੋ ਗਏਗਾ।